ਹੁਸ਼ਿਆਰਪੁਰ ਤੇ ਲੁਧਿਆਣੇ ਦੇ ਸਭ ਰਜਿਸਟਰਾਂ ਨੂੰ ਸਸਪੈਂਡ ਕਰਤਾ ਹੈ। ਪੰਜਾਬ ਦੇ ਮੁਲਾਜ਼ਮ, ਡਿਊਟੀ ਮੁਲਾਜ਼ਮ ਤੇ ਪੈਨਸ਼ਨ ਨਾਲ ਸੰਬੰਧੀ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਆ। ਸਾਈ ਦੱਸਾਂਗੇ ਜੀ, ਪੰਜਾਬ ਸਰਕਾਰ ਨੇ ਵੱਖ ਵਿਭਾਗਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਪੋਸਟਾਂ 'ਚ ਕੱਟ ਲਾਇਆ, ਸਾਰੀ ਜਾਣਕਾਰੀ ਦੇਵਾਂਗੇ ਜੀ। ਹੁਣ ਮੇਰੀ ਬੇਨਤੀ ਆ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। PSPCL ਅਤੇ PSTCL ਦੇ ਮੁਲਾਜ਼ਮਾਂ ਜੋ ਕਿ ਸੰਘਰਸ਼ ਕਰ ਰਹੇ ਹਨ ਕਿ ਸਾਡਾ ਪੇਂਡੂ ਭੱਤਾ ਬਹਾਲ ਕੀਤਾ ਜਾਵੇ, 1700 ਜੋ ਪੋਸਟਾਂ ਕੱਟੀਆਂ ਗਈਆਂ ਹਨ ਉਹ ਬਹਾਲ ਕੀਤੀਆਂ ਜਾਣ। 2021 ਦੇ ਵਿੱਚ 446 ਪੋਸਟਾਂ ਰੋਪੜ ਥਰਮ ਪਲਾਂਟ ਦੀਆਂ ਅਤੇ 274 ਪੋਸਟਾਂ ਲਹਿਰਾ ਥਰਮ ਪਲਾਂਟ ਦੀਆਂ ਕੱਟੀਆਂ ਗਈਆਂ ਸਨ, 2021 ਦੇ ਵਿੱਚ ਵੀ ਬਹਾਲ ਕੀਤੀਆਂ ਜਾਣ ਜੀ। ਪੰਜਾਬ ਸਰਕਾਰ ਵੱਲੋਂ ਆਸਾ ਵਰਕਰਾਂ ਨੂੰ ਜੋ 2500 ਰੁਪਇਆ ਪ੍ਰਤੀ ਮਹੀਨਾ ਮਾਣ ਪੱਤਰ ਦਿੱਤਾ ਗਿਆ ਸੀ ਉਹ 31 ਮਾਰਚ ਤੋਂ ਕੱਟ ਲਿਆ ਗਿਆ ਹੈ ਜੀ। ਕੁਝ ਮੁਲਾਜ਼ਮਾਂ ਨੂੰ 10000 ਰੁਪਇਆ ਸਪੈਸ਼ਲ ਇਨਸੈਂਟਿਵ ਵੀ 31 ਮਾਰਚ ਤੋਂ ਬੰਦ ਕਰਤਾ ਗਿਆ ਹੈ ਜੀ। ਪਨਬੱਸ, PRTC ਤੇ ਰੋਡਵੇ ਦੇ ਠੇਕਾ ਮੁਲਾਜ਼ਮ 8 ਜੂਨ ਤੋਂ ਹੜਤਾਲ ਦਾ ਐਲਾਨ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ, ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ 8 ਜੂਨ ਨੂੰ ਹੜਤਾਲ ਕਰਾਂਗੇ ਜੀ। ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਹੇਰ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਜੀ। ਪੰਜਾਬ ਰੈਵਨਿਊ ਆਫੀਸਰ ਐਸੋਸੀਏਸ਼ਨ ਆਗੂ ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਮਾਲ ਅਧਿਕਾਰੀ 1 ਜੂਨ ਤੋਂ 6 ਜੂਨ 2022 ਤੱਕ ਛੁੱਟੀ 'ਤੇ ਜਾਣਗੇ ਜੀ, ਕਿਉਂਕਿ ਹੁਸ਼ਿਆਰਪੁਰ ਅਤੇ ਲੁਧਿਆਣੇ ਦੇ ਸਭ ਰਜਿਸਟਰਾਂ ਨੂੰ ਸਸਪੈਂਡ ਕਰਤਾ ਹੈ, ਉਹਨਾਂ ਨੂੰ ਬਹਾਲ ਕੀਤਾ ਜਾਵੇ। ਸਤਿਕਾਰਯੋਗ ਸਾਥੀਓ, ਮੇਰੀ ਬੇਨਤੀ ਆ, ਮੇਰੇ ਨੂੰ ਸਬਸਕ੍ਰਾਈਬ ਕਰੋ, ਰੈਡ ਬਟਨ ਦਵਾ ਕੇ ਬੈਲ ਆਈਕਨ ਦਵਾਓ ਜੀ। ਸਤਿਕਾਰਯੋਗ ਸਾਥੀਓ, ਹੁਣ ਮੇਰੀ ਬੇਨਤੀ ਆ, ਮੇਰੇ ਚੈਨਲ ਸਬਸਕ੍ਰਾਈਬ ਕਰੋ, ਰੈਡ ਬਟਨ ਦਵਾ ਕੇ ਬੈਲ ਆਈਕਨ ਦਵਾਓ ਜੀ। ਧੰਨਵਾਦ ਸਾਥੀਓ।